ਇੱਕ ਸਾਬਕਾ ਕੌਂਸਲਰ ਦੇ ਘਰ ਤੇ ਸ਼ਰੇਆਮ ਫਾਇਰਿੰਗ ਕੀਤੀ ਗਈ ਹੈ, ਗੋਲੀਆਂ ਚਲਾਈਆਂ ਗਈਆਂ ਨੇ। ਇਹੀ ਨਹੀਂ, ਇਸ ਦੇ ਨਾਲ ਹੀ ਪੱਥਰਬਾਜ਼ੀ ਵੀ ਸਾਬਕਾ ਕੌਂਸਲਰ ਦੇ ਘਰ ਤੇ ਕੀਤੀ ਗਈ ਹੈ, ਜਿਸ ਦੇ ਕਾਰਨ ਘਰ ਦੇ ਸ਼ੀਸ਼ੇ ਟੁੱਟੇ ਨੇ, ਅੰਦਰ ਖੜੀ ਗੱਡੀ ਦਾ ਵੀ ਭਾਰੀ ਨੁਕਸਾਨ ਹੋਇਆ। ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸਾਬਕਾ ਕੌਂਸਲਰ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ, ਪੱਥਰ ਮਾਰ ਕੇ ਗੱਡੀ ਦੇ ਵੀ ਸ਼ੀਸ਼ੇ ਭੰਨੇ ਨੇ। ਅਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਜੋ ਘਰ ਦੇ ਬਾਹਰ CCTV ਕੈਮਰਾ ਲੱਗਿਆ ਸੀ ਵਾਰਦਾਤ ਕਰਨ ਤੋਂ ਪਹਿਲਾਂ, ਉਸ ਨੂੰ ਵੀ ਤੋੜਿਆ ਗਿਆ। ਤਾਂ ਦੱਸ ਦਈਏ ਕਿ ਸੀਮਾ ਸ਼ਰਮਾ ਪਟਿਆਲਾ ਦੇ ਸਾਬਕਾ ਕੌਂਸਲਰ ਨੇ, ਅਤੇ ਬੀਤੇ ਦਿਨਾਂ ਉਹਨਾਂ ਦੇ ਘਰ ਦੇ ਉੱਤੇ 20 ਤੋਂ 25 ਦੇ ਕਰੀਬ ਕਿਹਾ ਜਾ ਰਿਹਾ ਕਿ ਬਦਮਾਸ਼ਾਂ ਦੇ ਵੱਲੋਂ ਮੂੰਹ ਢੱਕ ਕੇ ਆਉਂਦੇ ਨੇ, ਅਤੇ ਕਾਰ ਦੇ ਵਿੱਚ ਸਾਰੇ ਬਦਮਾਸ਼ ਸਵਾਰ ਹੁੰਦੇ ਨੇ। 3 ਕਾਰਾਂ ਆਉਂਦੀਆਂ ਨੇ ਅਤੇ ਆਉਂਦੇ ਸਾਰ ਹੀ ਘਰ ਦੇ ਉੱਤੇ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ ਹੈ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਪੱਥਰ ਮਾਰੇ ਜਾਂਦੇ ਨੇ, ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਬਦਮਾਸ਼ਾਂ ਦੇ ਮੂੰਹ ਢੱਕੇ ਹੋਏ ਨੇ, ਅਤੇ ਉਹਨਾਂ ਦੇ ਵੱਲੋਂ ਸਾਬਕਾ ਕੌਂਸਲਰ ਦੇ ਘਰ 'ਤੇ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਇਹੀ ਨਹੀਂ, ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਬਾਹਰ ਹੁੰਦੇ ਤਾਂ ਹੋਰ ਵੀ ਗੱਲ ਜੋ ਹੈ ਕਾਫੀ ਜ਼ਿਆਦਾ ਵੱਧ ਸਕਦੀ ਸੀ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਅੰਦਰ ਲੁੱਕ ਕੇ ਆਪਣੀ ਜਾਨ ਬਚਾਈ ਹੈ। ਤਾਂ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਕਿਹਾ ਜਾ ਰਿਹਾ ਕਿ ਵਾਰਦਾਤ ਕਰਨ ਤੋਂ ਪਹਿਲਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਰੇਕੀ ਵੀ ਕੀਤੀ ਗਈ, ਰੇਕੀ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 20 ਦੇ 25 ਦੇ ਕਰੀਬ ਕਿਹਾ ਜਾ ਰਿਹਾ ਕਿ ਬਦਮਾਸ਼ ਆਉਂਦੇ ਨੇ, ਹਥਿਆਰਾਂ ਦੇ ਨਾਲ ਲੈਸ ਹੁੰਦੇ ਨੇ, ਲਾਠੀ ਡੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦੇ ਨੇ, ਅਤੇ ਆਉਂਦੇ ਸਾਰ ਪਹਿਲਾਂ ਤਾਂ ਘਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੱਥਰ ਮਾਰ ਕੇ ਘਰ ਦਾ ਵੱਡਾ ਨੁਕਸਾਨ ਕੀਤਾ ਗਿਆ। ਹਾਲਾਂਕਿ ਜੋ ਕੌਂਸਲਰ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਆਖਿਰ ਇਹ ਹਮਲਾ ਕਿਉਂ ਅਤੇ ਕਿਸਨੇ ਕੀਤਾ, ਇਸ ਦੇ ਲਈ ਉਹਨਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਸੀਂ ਘਰ ਦੇ ਅੰਦਰ ਜਸਟ 8 ਵਜੇ ਨਾਲ, 8:30 ਵਜੇ ਨਾਲ ਮੈਂ ਅੰਦਰ ਆਈ ਹਾਂ। ਉਹ ਪਹਿਲਾਂ ਹੀ ਬੰਦੇ ਰੇਖੀ ਕਰ ਰਹੇ ਸੀ ਇੱਥੇ, ਜੋ ਮੈਨੂੰ ਇਲਾਕੇ ਵਾਲੇ ਬੰਦਿਆਂ ਨੇ ਦੱਸਿਆ। ਉਹ ਕਹਿੰਦੇ ਜੀ ਇੱਥੇ ਪਹਿਲਾਂ ਵੀ ਫੋਰਚੂਨਰ ਖੜ ਕੇ ਗਈ ਆ ਉਰੇ ਬਾਹਰ। ਕਹਿੰਦੇ ਜਦੋਂ ਮੈਂ ਅੰਦਰ ਆਈ ਹਾਂ ਨਾ, ਮੇਰਾ ਇੱਕ ਮੁੰਡਾ ਡਰਾਈਵਰ ਹੈ ਰੱਖਿਆ ਹੋਇਆ ਗੱਡੀ 'ਤੇ, ਉਹਨੇ ਮੋਟਰਸਾਈਕਲ ਕੱਢਿਆ ਬਾਹਰ, ਉਹ ਨਿਕਲਿਆ ਬਾਹਰ। ਉਹ ਕਹਿੰਦਾ ਜੀ ਬਾਹਰ ਨਾ ਕੋਈ ਗੱਡੀਆਂ ਆ ਕੇ ਬ੍ਰੇਕ ਮਾਰੀਆਂ ਨੇ ਕਾਫੀ ਸਾਰੀਆਂ, ਬੰਦੇ ਕੋਲ ਉਹਨੇ ਪਤਾ ਨਹੀਂ, ਮੂੰਹ ਲਪੇਟੇ ਹੋਏ ਸੀ ਉਹਨਾਂ ਦੇ, ਸਿਰ ਵੀ ਢਕੇ ਹੋਏ ਸੀਗੇ। ਅਤੇ ਮੈਂ ਉਹ ਬਾਹਰ ਰੌਲਾ ਜਿਹਾ ਪਾਉਣ ਲੱਗ ਗਏ। ਮੈਂ ਆਪਣੇ ਬੇਟੇ ਨੂੰ ਕਿਹਾ, ਮੈਂ ਕਿਹਾ ਚੱਲ ਤੂੰ ਅੰਦਰ ਨੂੰ ਰਹਿ, ਮੈਂ ਦੇਖਦੀ ਹਾਂ ਬਾਹਰ ਨੂੰ। ਮੈਂ ਹਾਲੇ ਇੱਥੇ ਆ ਜਿੱਥੇ ਤੁਸੀਂ ਖੜ੍ਹੇ ਹੋ, ਬਸ ਇੱਥੇ ਤੱਕ ਆਈ ਹਾਂ। ਮੈਂ ਗੇਟ 'ਤੇ ਦੇਖੀ, ਉਹ ਮੂੰਹ ਲਪੇਟੇ ਹੋਏ ਸੀ ਬੰਦੇ, ਜੇ ਵੀ ਅਣਪਛਾਤਾ ਹੀ ਹੋ ਗਏ ਆਪਣੇ ਲਈ। ਉਹਨਾਂ ਦੇ ਹੱਥ 'ਚ ਤਾਂ ਤਲਵਾਰਾਂ ਵੀ ਸੀ, ਰਿਵਾਲਵਰ ਵੀ ਸੀ। ਕੋਈ ਫਾਇਰ ਵੀ ਹੋ ਰਹੀ? ਹਾਂ, ਉਹ ਕੱਤਿਆਂ ਜੀ ਉਹਨਾਂ ਨੇ ਬਾਹਰ, ਜੋ ਲੋਕ ਵੀ ਦੱਸਦੇ ਨੇ। ਫਿਰ ਮੈਂ ਇੱਕੋ ਦਮ ਘਬਰਾ ਕੇ ਨਾ, ਮੇਰੇ ਪਿੱਛੇ ਮੇਰਾ ਛੋਟਾ ਪੋਤਾ ਖੜਾ ਸੀ, ਮੈਂ ਇੱਕੋ ਦਮ ਇਸ ਗੱਲ ਤੋਂ ਘਬਰਾ ਗਈ। ਮੈਂ ਕਿਤੇ ਮੇਰੇ ਪੋਤੇ ਨੂੰ ਫੜ ਕੇ ਅਗਲਾ ਬਾਹਰ ਤੋਂ ਫੜ ਕੇ ਖਿੱਚ ਕੇ ਲੈ ਜੇ, ਆਪਾਂ ਤਾਂ ਬਾਅਦ 'ਚ ਲੱਭਦੇ ਹੀ ਰਹਿ ਜਾਂਗੇ, ਹੋਰ ਤਾਂ ਕੁਛ ਨਹੀਂ ਕਰ ਸਕਦੇ। ਤਾਂ ਮੈਂ ਦਰਵਾਜ਼ੇ ਤੋਂ ਅੰਦਰ ਉਹਨੂੰ ਫੜਫੜ ਉਹਨੂੰ ਧੱਕਾ ਦਿੱਤਾ, ਉਹ ਮੇਰੇ ਪਿੱਛੇ ਭੱਜਿਆ ਬੰਦਾ, ਉਹ ਮੇਰੇ ਪਿੱਛੇ ਭੱਜਿਆ। ਤਾਂ ਮੈਂ ਅੰਦਰ ਹੋ ਗਈ, ਮੇਰੇ ਪੋਤੇ ਨੂੰ ਵੀ ਮੈਂ ਅੰਦਰ ਕਰਦਾ। ਜਦੋਂ ਉਹਨੇ ਦੁਬਾਰਾ ਦਰਵਾਜ਼ੇ ਨੂੰ ਲਾਇਆ ਹੱਥ ਵੀ ਖੋਲ੍ਹਣ ਵਾਸਤੇ, ਤਾਂ ਮੇਰੀ ਨੂੰਹ ਰਾਣੀ ਨੇ ਕੁੰਡੀ ਲਾਤੀ, ਵਾਸਤੇ ਉਹ ਤੋਂ ਖਿੱਚ ਕੇ ਲਾਈ ਆ। ਇੱਕ ਹੁੰਦਾ ਨਾ ਕਿ ਆਪਾਂ ਕਹੀਏ ਵੀ ਉੱਦਾਂ ਹੀ ਨੋਰਮਲ, ਉਹਨੇ ਹੱਥ ਪਾ ਲਿਆ ਸੀ ਹੈਂਡਲ ਨੂੰ। ਦੇਖੋ ਇੰਨੀ ਬੜੀ ਜਾਸਤੀ ਹੋ ਰਹਾਂ, ਜੇ ਕਿਤੇ ਬੱਚਿਆਂ ਦਾ ਹੁਣ ਗੇਟ ਅਸੀਂ ਹਲੇ ਉਹ ਮੁੰਡਾ ਬਾਹਰ ਨਿਕਲਿਆ ਲਗਾਉਣਾ ਹੀ ਸੀਗਾ, ਲੇਕਿਨ ਐਡੀ ਉਹਦੀ ਬਾਤ ਦਾਤ ਹੋ ਜਾਣਾ। ਪਹਿਲਾਂ ਕੈਮਰਾ ਭੰਨਿਆ ਸੀ ਉਹਨਾਂ ਨੇ ਬਾਹਰ ਆ ਕੇ, ਉਹ ਚਲੋ ਅੰਦਰ ਕੈਮਰੇ ਲੱਗੇ ਆ, ਪਰ ਬਾਹਰ ਦਾ ਕੈਮਰਾ ਭੰਨਤਾ ਉਹਨਾਂ ਨੇ। ਇਹ ਜਿਹੜਾ ਅਟੈਕ ਕੀਤਾ ਗਿਆ, ਕੋਈ ਪ੍ਰੀ ਪਲਾਨ ਲੱਗਦਾ ਤੁਹਾਨੂੰ? ਕੀ ਮੈਂ ਕਹਿੰਦੀ ਜੀ ਸਾਡੀ ਹੈ ਜੀ, ਜਿਹੜਾ ਪੂਰਾ ਪਲਾਨ ਕਰਦੇ ਨੇ, ਪਹਿਲਾਂ ਬਾਜ਼ਾਰ ਨੂੰ ਬੰਦ ਕਰਾਇਆ, ਰੇੜੀਆਂ ਨੂੰ ਭਜਾਣਾ, ਤੇ ਉਸ ਤੋਂ ਬਾਅਦ ਸਾਰਾ ਕੁਝ ਕਰਕੇ ਅੰਦਰ ਵੜਨਾ, ਕੈਮਰੇ ਨੂੰ ਤੋੜਨਾ, ਤੇ ਪ੍ਰੀ ਪਲਾਨ ਹੀ ਹੋ ਗਿਆ ਸਰ। ਸਾਡਾ ਕੋਈ ਨੋਨ ਬੰਦਾ ਨਹੀਂ,
ਕੋਈ ਸੀ ਨੂੰ ਅਸੀਂ ਜਾਣਦੇ ਨਹੀਂ, ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਚੱਲਦੀ ਵੀ ਕੋਈ ਬੰਦਾ ਆ ਕੇ ਕਹੇ ਜੀ ਮੈਂ ਇਹਦੇ ਨਾਲ ਮੇਰੇ ਯਾਰ ਵੱਟ ਦਾ ਰੌਲਾ। ਕਿੰਨੇ ਜਣੇ ਸੀਗੇ? ਜੋ ਲੋਕ ਸਾਰੇ ਦੱਸਦੇ ਨੇ 20 ਤੋਂ 25 ਬੰਦੇ ਸੀ ਜੀ, ਗੱਡੀਆਂ ਫੁੱਲ ਭਰੀਆਂ ਹੋਈਆਂ ਸੀ, ਐਂ ਨਹੀਂ ਸੀਗਾ 5-6 ਬੰਦੇ ਬੈਠੇ ਨੇ, ਹਰ ਗੱਡੀ 'ਚ ਭਰੇ ਹੋਏ ਸੀ। ਜੇਕਰ ਤੁਹਾਡੇ ਕੋਲ ਅੰਦਰੋਂ ਕੁੰਡੀਆਂ ਨਾ ਬੰਦ ਕੀਤੀ ਜਾਂਦੀ ਲੈ ਸਰ, ਸਾਨੂੰ ਮਾਰ ਜਾਂਦੇ ਸੀ ਅੱਜ ਸਾਡੇ ਬੱਚਿਆਂ ਨਾਲ, ਅਸੀਂ 5 ਲੈਣੇ ਸੀਗਾ, 5 ਨਹੀਂ ਮਾਰ ਜਾਂਦੇ ਉਹ ਸਾਡੇ ਨਾਲ, ਇਹ ਹਾਦਸਾ ਹੁੰਦਾ ਤਾਂ ਲੋਕ ਕੀ ਕਰਨਗੇ?